ਬਸ ਦੱਸੋ ਤੁਹਾਡੀ ਮੁੱਛਾਂ ਇਹ ਤਾਰਾ ਵਰਗੀਆਂ ਮੁੱਛਾਂ ਕਿਉਂ ਨੇ? ਉਹ ਮੁੱਛਾਂ ਰੱਖਣ ਦਾ ਸ਼ੌਂਕ ਹੋ ਗਿਆ ਕੁਦਰਤ ਦਾ, 25 ਸਾਲ ਦੀ ਉਮਰ। ਸੋਨਾ ਲੈ ਜਾ ਰਹੇ, ਚਾਂਦੀ ਲੈ ਜਾ ਰਹੇ, ਰੁਪਈਏ ਲੈ ਜਾ ਰਹੇ, ਮੁੱਛ ਕੈਸੇ ਦੇ ਦੂੰ? ਉਹ ਬੜੀ ਬਦਨਾਮੀ ਹੋਊਗੀ। ਉਹ ਸਾਣੀ ਇਸ ਤੋਂ ਹੀ ਅਗਰਬੱਤੀ ਸੜਤੀ, ਹਾਂ ਮੂਡ ਖਰਾਬ ਬੜਾ ਹੋ ਗਿਆ। ਫਿਰ ਦੁਬਾਰਾ ਤੀ ਮੁੱਛਾਂ ਰੱਖੀ ਆ, ਫਿਰ ਸਾਲੀ ਨੇ ਇਸ ਤੋਂ ਹੀ ਫਿਰ ਮੁੱਛਾਂ ਕੱਟਤੀ 7 ਸਾਲ ਦੀ। ਘਰ ਵਾਲੀ ਨਹੀਂ ਕਹਿੰਦੀ ਕੁਛ ਵੀ, ਔਰ ਸਾਲੀ ਮਜ਼ਾਕ ਨਾਲ ਮੁੱਛਾਂ ਕਈ ਵਾਰੀ ਕੱਟਦੀ, ਮੇਰੇ ਘਰੇ ਜਾਣੇ ਛੱਡਤਾ, 12 ਸਾਲ ਹੋ ਗਏ। ਤੇ ਤੁਹਾਨੂੰ ਮੁੱਛਾਂ ਸੈੱਟ ਕਰਨ ਨੂੰ ਕਿੰਨਾ ਟਾਈਮ ਲੱਗਦਾ ਹੋਣਾ? ਸਵੇਰੇ ਮੈਂ ਫਿੱਟ ਕਰਨ ਨੂੰ ਮੈਨੂੰ 2 ਘੰਟੇ ਲੱਗ ਜਾਂਦੇ ਆ, ਖੰਭੇ ਹਿੱਲ ਜਾਏਗੀ, ਮੁੱਛਾਂ ਨਹੀਂ ਹਿੱਲਣੀਆਂ ਅੱਧਾ ਅੱਧੇ ਖੜੀ ਹੋਈ। ਉਹ ਬੰਦੇ ਦੇਖਣ ਵਾਲੇ ਬਹੁਤ ਆਉਂਦੇ, ਫੋਟੋ ਫਾਟੋ ਖਿੱਚ ਕੇ ਜਾਂਦੇ ਆ, ਦੇਖ ਕੇ ਵਾਹ ਮੁੱਛਾਂ ਵਾਲੇ ਭਾਈ। ਇਹ SHO ਨੂੰ ਕਿਹਾ, SHO ਨੂੰ ਕਿਹਾ, ਮੈਡਮ ਜੀ ਭਾਈ ਦੀ ਮੁੱਛਾਂ ਦੇਖੋ, SHO ਨਕਲੀ ਜਾ ਰੱਖੀ ਹੈ। ਉਹਨੇ ਜੱਗ ਲਿੱਤਾ, ਪਾਣੀ ਜਿਹਾ ਭਰਿਆ, ਜੱਗ ਮੇਰੇ ਮੂੰਹ 'ਤੇ ਡੋਲਿਆ। ਮੈਂ ਕਿਹਾ ਮੈਡਮ ਜੀ ਆ ਕੀ ਕਰਦਾ, ਔਰ ਮੈਂ ਤੇਰੀ ਮੁੱਛਾਂ ਦੇ ਦਾ ਅਸਲੀ ਆ ਨਕਲੀ ਆ? ਅਸੀਂ ਦੁਨੀਆਂ ਚਲਾਨ ਕਰਦੇ, ਤੂੰ ਸਾਡਾ ਹੀ ਚਲਾਨ ਕਰਤਾ। SHO ਨੇ 1000 ਰੁਪਇਆ ਜਿੱਤਾ। ਮੁੱਛਾਂ ਹੋਣ ਤਾਂ ਨੱਥੂ ਲਾਲ ਨਹੀਂ ਕੁੰਦਨ ਲਾਲ ਵਰਗੀਆਂ। ਮੈਂ ਇੱਦਾਂ ਕਿਉਂ ਕਹਿ ਰਹੀ ਹਾਂ, ਕਿਉਂਕਿ ਲੁਧਿਆਣਾ ਦੇ ਵਿੱਚ ਇੱਕ ਇੱਦਾਂ ਦੇ ਸ਼ਖਸ ਸਾਡੇ ਨਾਲ ਅੱਜ ਮੌਜੂਦ ਨੇ ਜਿਨ੍ਹਾਂ ਦੀਆਂ ਮੁੱਛਾਂ ਬਹੁਤ ਹੀ ਅਨੋਖੀਆਂ ਨੇ। ਕਿਉਂ ਨੇ ਉਹਨਾਂ ਦੀਆਂ ਮੁੱਛਾਂ ਅਨੋਖੀਆਂ, ਆਓ ਉਹਨਾਂ ਤੋਂ ਹੀ ਜਾਣਦੇ ਹਾਂ ਕੀ ਰਾਜ਼ ਹੈ ਉਹਨਾਂ ਦੀ ਇਹਨਾਂ ਮੁੱਛਾਂ ਦਾ। ਪਹਿਲਾਂ ਤਾਂ ਨਮਸਕਾਰ ਜੀ। ਨਮਸਕਾਰ ਜੀ, ਕਿਵੇਂ ਹੋ ਕੁੰਦਨ ਲਾਲ ਜੀ? ਵਧੀਆ ਜੀ। ਅੱਛਾ, ਮੈਨੂੰ ਪਹਿਲਾਂ ਤਾਂ ਆਪਣੀ ਮੁੱਛਾਂ ਦਾ ਰਾਜ਼ ਦੱਸੋ, ਤੁਹਾਡੀ ਮੁੱਛਾਂ ਇਹ ਤਾਰਾ ਵਰਗੀਆਂ ਮੁੱਛਾਂ ਕਿਉਂ ਨੇ? ਉਹ ਮੁੱਛਾਂ ਰੱਖਣ ਦਾ ਸ਼ੌਂਕ ਹੋ ਗਿਆ ਕੁਦਰਤ ਦਾ, 25 ਸਾਲ ਦੀ ਉਮਰ ਜੀ, ਇੰਨੀ ਮੁੱਛਾਂ ਹੋ ਗਈ ਸੀ 7 ਇੰਚ ਦੀ। ਉਹ ਸਾਣੀ ਇਸ ਤੋਂ ਹੀ ਅਗਰਬੱਤੀ ਸੜਤੀ, ਹਾਂ ਮੂਡ ਖਰਾਬ ਬੜਾ ਹੋ ਗਿਆ। ਫਿਰ ਦੁਬਾਰਾ ਤੀ ਮੁੱਛਾਂ ਰੱਖੀ ਆ, ਫਿਰ ਸਾਲੀ ਨੇ ਇਸ ਤੋਂ ਹੀ ਫਿਰ ਮੁੱਛਾਂ ਕੱਟਤੀ 7 ਸਾਲ ਦੀ। ਫਿਰ ਦੁਬਾਰਾ ਤੀ ਮੁੱਛਾਂ ਰੱਖੀ ਆ, ਸਾਲੇ ਦੇ ਵਿਆਹ 'ਤੇ ਗਿਆ ਸੀ, ਫਿਰ ਸਾਲੀਆਂ ਨੇ ਇਸ ਤੋਂ ਮੁੱਛਾਂ ਕੱਟਤੀ ਆ, ਮੈਂ ਇਹਦੇ ਘਰੇ ਜਾਣਾ ਛੱਡਤਾ। ਦੁਸ਼ਮਣੀ ਸੀ ਕੋਈ? ਅੱਗੇ ਦੁਸ਼ਮਣੀ, ਉਹ ਕਹਿੰਦਾ ਮੁੱਛਾਂ ਨਾ ਰੱਖ, ਪਿਆ ਨਾ ਇੱਦਾਂ ਪਲੇਨ ਰੱਖ ਲੈ। ਮੈਂ ਆਪਣਾ ਸ਼ੌਂਕ ਹੁੰਦਾ, ਆਪਣਾ ਹੀ ਸ਼ੌਂਕ ਹੁੰਦਾ ਕੁਦਰਤ ਦਾ, ਬੋਲੇ ਮੁੱਛਾਂ ਮੈਂ ਕਿਹਾ ਮੈਂ ਘਰੇ ਜਾਣਾ ਛੱਡਦਾ, 12 ਸਾਲ ਹੋ ਗਏ ਆ। 12 ਸਾਲ ਹੋ ਗਏ? ਹਾਂਜੀ। ਅੱਛਾ, ਤੁਹਾਡੀ ਘਰ ਵਾਲੀ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਸੀ ਤੁਹਾਡੀਆਂ ਮੁੱਛਾਂ ਨੂੰ? ਉਹ ਸਾਲੀ ਬੋਨੇ ਘਰ ਵਾਲੀ ਨਹੀਂ ਕਹਿੰਦੀ ਕੁਛ ਵੀ, ਔਰ ਸਾਲੀ ਮਜ਼ਾਕ ਨਾਲ ਮੁੱਛਾਂ ਕਈ ਵਾਰੀ ਕੱਟਦੀ, ਮੈਂ ਇਹਦੇ ਘਰੇ ਜਾਣਾ ਛੱਡਦਾ, 12 ਸਾਲ ਹੋ ਗਏ ਆ। ਤੁਹਾਨੂੰ ਮੁੱਛਾਂ ਸੈੱਟ ਕਰਨ ਨੂੰ ਕਿੰਨਾ ਟਾਈਮ ਲੱਗਦਾ ਹੋਣਾ? ਸਵੇਰੇ ਮੈਂ ਫਿੱਟ ਕਰਨ ਨੂੰ ਮੈਨੂੰ 2 ਘੰਟੇ ਲੱਗ ਜਾਂਦੇ ਆ। ਅੱਛਾ, ਹਾਂ ਖੜੇ ਹੋਣ ਆਏ ਕਿ 3 ਫੁੱਟ ਦੀ ਦੋਨੋਂ ਨਾਲ ਲੰਬਾਈ? ਅੱਛਾ, ਤੇ ਲਗਾਉਂਦੇ ਕੀ ਹੋ ਇਹਨਾਂ ਨੂੰ ਇੱਦਾਂ ਸਿੱਧੀਆਂ ਰੱਖਣ ਲਈ? ਹਾਂ ਫਿਕਸੋ ਲਾਉਂਦੇ ਆ, ਫਿਕਸੋ 2 ਘੰਟੇ ਲੱਗ ਜਾਂਦੇ ਫਿੱਟ ਕਰਨ ਨੂੰ। ਸਵੇਰੇ ਉੱਠ ਜਾਂਦਾ ਮੈਂ 6 ਵਜੇ, ਗੰਗਾ ਮਈਆ ਆ ਜਾਂਦੀ ਆ, ਨਾ ਧੋ ਕੇ 7 ਵਜੇ ਜਾਂਦੇ ਆ, ਮੁੱਛਾਂ ਫਿੱਟ ਕਰਨ ਨੂੰ 2 ਘੰਟੇ ਲੱਗ ਜਾਂਦੇ ਆ। ਖੜੀ ਖੜੀ ਰਹੇਗੀ, ਖੰਭੇ ਹਿੱਲ ਜਾਏਗੀ, ਮੁੱਛਾਂ ਨਹੀਂ ਹਿੱਲਣੀਆਂ, ਅੱਧਾ ਅੱਧਾ ਖੜੀ ਰਹੇਗੀ। ਅਸੀਂ ਲਾ ਕੇ ਦੇਖ ਸਕਦੇ ਹਾਂ ਮੁੱਛਾਂ ਤੁਹਾਡੀਆਂ? ਹਾਂਜੀ। ਜੇ ਹੁਣ ਫਿਰ ਤੁਹਾਡੀ ਸਾਲੀ ਨੇ? ਹਾਂਜੀ, ਇਹ ਤਾਂ ਸਾਲੀ ਦੇ ਘਰੇ ਜਾਣਾ ਹੀ ਛੱਡਤਾ ਮੈਂ ਮਜ਼ਾਕ। ਅੱਛਾ, ਉਹ ਵੀ ਨਹੀਂ ਆਉਂਦੀ ਹੁਣ? ਆਉਂਦੀ ਹੈ, ਬੋਲੇ ਮੈਂ ਆ ਜਾਵਾਂ, ਬੋਲੇ ਤੂੰ ਨਹੀਂ ਕਹਿੰਦਾ ਮੈਂ ਆ ਜਾਊਂਗੀ, ਮੈਂ ਤੂੰ ਆਏ ਮੈਂ ਛੱਤ 'ਤੇ ਸੋ ਜਾਊਂਗਾ, ਮੈਂ ਛੱਤ 'ਤੇ ਸੋ ਜਾਊਂਗਾ। ਅੱਛਾ, ਮਤਲਬ ਹੁਣ ਸਾਲੀ ਦੇ ਨਾਲ ਬਿਲਕੁਲ ਹੀ ਤੁਸੀਂ ਦੇਖ ਉਹਨਾਂ ਨੂੰ ਮਿਲਣਾ ਜੁਲਣਾ ਬੰਦ ਕਰ? ਜਾਣਾ, ਹਾਂ ਜਾਣਾ ਹੀ ਛੱਡਤਾ ਜੀ। ਅੱਛਾ ਜੀ, ਉਹ ਆਉਂਦੇ ਤੁਸੀਂ ਉਹਨਾਂ ਦੇ ਸਾਹਮਣੇ ਹੀ ਨਹੀਂ ਆਉਂਦੇ? ਨਹੀਂ ਆਉਂਦਾ, ਆਉਂਦੀ ਕਈ ਵਾਰੀ ਆਈ ਆ, ਮੈਂ ਛੱਤ 'ਤੇ ਸੋ ਜਾਂਦਾ, ਲੁੱਕ ਜਾਂਦਾ, ਹਾਂ ਮੈਂ ਜਾਣਾ ਹੀ ਛੱਡਤਾ ਇਹਦੇ ਘਰੇ। ਫਿਰ ਤੁਹਾਨੂੰ ਘਰ ਵਾਲੀ ਬੋਲਦੀ ਨਹੀਂ ਤੁਹਾਡੀ? ਉਹ ਤੁਹਾਡੀ ਆਪਸ ਦੀ ਗੱਲ ਹੈਗੀ ਹੈ। ਹਾਂਜੀ ਜੀ। ਅੱਛਾ, ਤੇ ਮੈਨੂੰ ਇੱਕ ਗੱਲ ਦੱਸੋ ਜੀ, ਇਹਨੂੰ ਕਿੰਨਾ ਟਾਈਮ ਲੱਗਿਆ ਤੁਹਾਡੀ ਇਹ ਮੁੱਛਾਂ ਆਉਣ ਨੂੰ? ਇਹਨੂੰ 12 ਸਾਲ ਹੋ ਗਏ ਬਤਾਉਂਦੇ ਨੂੰ, 13 ਸਾਲ ਲੱਗੇ ਆ। ਆ ਕਿ ਦੋਨੋਂ 3 ਫੁੱਟ ਹੈ ਨਾਲ? ਅੱਛਾ, ਬਰਾਬਰ ਹੈ ਪੂਰੀਆਂ? ਹਾਂਜੀ ਹਾਂਜੀ, ਦੋਨੋਂ ਅੱਧਾ ਲੰਬਾਈ ਲਾ ਲਓ, ਖੜੀ ਹੈ, ਖੰਭੇ ਹਿੱਲ ਜਾਏਗੇ, ਮੁੱਛਾਂ ਨਹੀਂ ਹਿੱਲਣੀਆਂ। ਨਾਲ ਤੁਸੀਂ ਹਿਲਾਈ ਜਾਂਦੇ ਹੋ, ਨਾਲ ਕਿੰਨੇ ਖੰਭੇ ਹਿੱਲ ਜਾਣਗੇ? ਇੱਕ ਅੱਧਾ 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 ਹਿਲਾ ਕੇ ਦਿਖਾਉਂਦੇ, ਅੱਧਾ ਹਿਲਾ ਕੇ। ਹਾਂਜੀ ਔਖੀ ਨੀ ਆਉਂਦੀ? ਨਹੀਂ ਔਖੀ ਨੀ ਆਉਂਦੀ।
ਅੱਛਾ ਜੀ, ਹਾਂਜੀ ਹਾਂਜੀ। ਵੈਸੇ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਨੂੰ ਵੀ ਪ੍ਰੋਬਲਮ ਨਹੀਂ ਇਹਨਾਂ ਮੁੱਛਾਂ ਤੋਂ? ਨਹੀਂ ਨਹੀਂ ਕੋਈ ਨਹੀਂ ਕਹਿੰਦੇ, ਕੁਛ ਕਹਿੰਦੇ। ਹਾਂਜੀ ਸਰ, ਤੁਸੀਂ ਦੇਖ ਸਕਦੇ ਹੋ ਇਹਨਾਂ ਦੀਆਂ ਮੁੱਛਾਂ ਬਿਲਕੁਲ ਹੀ ਅਲੱਗ ਨੇ, ਔਰ ਇੱਕ ਵਾਰ ਜ਼ਰੂਰ ਹਿਲਾ ਕੇ ਦਿਖਾਓ ਦੁਬਾਰਾ ਮੁੱਛਾਂ ਆਪਣੀਆਂ ਹਿਲਾ ਕੇ ਦਿਖਾਓ। ਅਕੜੀ ਵੀ ਹੈ ਇੱਕ ਮੁੱਛਾਂ। ਤੇ ਮੁੱਛਾਂ ਨੂੰ ਕਿਸੇ ਨੇ ਤਾਰੀਫ ਨਹੀਂ ਕੀਤੀ ਆਗੇ ਕਿਸੇ ਨੇ? ਉਹ ਬੰਦੇ ਦੇਖਣ ਵਾਲੇ ਬਹੁਤ ਆਉਂਦੇ, ਫੋਟੋ ਫਾਟੋ ਖਿੱਚ ਕੇ ਜਾਂਦੇ ਆ, ਬੜੀ ਖੁਸ਼ੀ ਹੁੰਦੀ ਆ। ਦੁਕਾਨ ਵਾਲੇ ਕਈ ਗਾਹਕ ਆਉਂਦੇ ਆ ਦੇਖ ਕੇ, ਵਾਹ ਮੁੱਛਾਂ ਵਾਲੇ ਭਾਈ ਤੁਹਾਡੇ ਕੋਲ ਆਏ ਆ, ਮੈਂ ਆਓ ਜੀ ਦੁਕਾਨ ਤੁਹਾਡੀ ਆ, ਦੇਣੀ ਮੀਟਾ ਆਓ, ਮਾਲਕ ਹੋ ਤੁਸੀਂ। ਕਿਸੇ ਨੇ ਕਦੀ ਤਾਰੀਫ ਕੀਤੀ ਹੋਵੇ ਇੰਨੀਆਂ ਮੁੱਛਾਂ ਦੀ ਇਹਨਾਂ ਦੀ? ਨਹੀਂ ਨਹੀਂ ਨਹੀਂ, ਆਹ ਸ਼ੌਂਕ ਹੋ ਗਿਆ ਆਪਣਾ ਜੀ। ਕਈ ਜਗ੍ਹਾ ਮੈਂ ਘੁੰਮੇ ਫਿਰਿਆ, ਬੰਬੇ ਗਿਆ, ਦਿਲੀ ਕੁਮਾਰ ਨੂੰ ਮਿਲ ਕੇ ਆਇਆ ਬੰਬੇ 20 ਸਾਲ। ਹਾਂਜੀ, ਦਿਲੀ ਕੁਮਾਰ ਨੂੰ ਮਿਲ ਗਿਆ, 20 ਸਾਲ ਹੋ ਗਏ ਆ। ਦਿਲੀ ਕੁਮਾਰ ਮਿਲਿਆ ਉੱਥੇ ਸਟੇਸ਼ਨ ਤੋਂ ਬਾਹਰ, ਚਾਹ ਪੀਂਦਾ ਸੀ। ਦਿਲੀ ਕੁਮਾਰ, ਹਾਂ ਭਾਈ ਮੁੱਛਾਂ ਵਾਲੇ ਭਾਈ ਕਿੱਥੋਂ ਆਏ ਹੋ? ਮੈਂ ਸਾਜ ਮਹਿਲ ਲੁਧਿਆਣੇ ਆ, ਉਹ ਵਿਆਹ ਘਰੇ ਜਾ ਕੇ ਚਾਹ ਪਿਲਾਵਾਂਗਾ। ਅੱਛਾ, ਹਾਂ ਘਰੇ ਲੈ ਕੇ ਗਿਆ, ਗੱਲਬਾਤ ਕੀਤੀ ਬੜੇ ਪਿਆਰ ਨਾਲ, ਮਜ਼ਾਕ ਮਜ਼ੂਕ 'ਚ ਮੈਂ ਗੱਲ ਕੀਤੀ। ਮੈਂ ਸਾਹਿਬ ਜੀ ਆਪ ਅਮੀਰ ਕੈਸੇ ਹੁਆ? ਅੱਛਾ, ਅਮੀਰ ਕੈਸੇ ਹੁਆ? ਉਹਨੇ ਗਾਣਾ ਸੁਣਾਇਆ ਜੀ ਦੇਸ਼ ਕੰਨੇ ਵਾਲਾ, ਦੁਨੀਆ ਮੇਂ ਰਹਿਣਾ ਤਾਂ ਕੰਮ ਕਰ ਪਿਆਰੇ, ਹੱਥ ਜੋੜ ਕਰ ਸਭਕੋ ਸਲਾਮ ਕਰ ਪਿਆਰੇ, ਦੁਨੀਆ ਜੀਨੇ ਨਹੀਂ ਦੇਗੀ, ਪੀਣੇ ਨਹੀਂ ਦੇਗੀ, ਖਾਣੇ ਨਹੀਂ ਦੇਗੀ, ਨਾ ਕਮਾਉਣੇ ਨਹੀਂ ਦੇਗੀ, ਦੁਨੀਆ ਮੇਂ ਰਹਿਣਾ ਤਾਂ ਕੰਮ ਕਰ ਪਿਆਰੇ। ਮੈਨੂੰ ਬੜੀ ਖੁਸ਼ੀ ਹੋਈ ਦਿਲੀ ਕੁਮਾਰ ਦੀ ਗੱਲ ਸੁਣ ਕੇ। ਹਾਂਜੀ, ਕਈ ਵਾਰ ਕਿਸੇ ਨੇ ਕੁਛ ਕਿਹਾ ਕਦੇ? ਨਹੀਂ, ਉਹ ਗਾਣੇ ਕਈ ਯਾਦ ਆ ਜਾਂਦੇ ਆ, ਸੋਨਾ ਲੈ ਜਾ ਰਹੇ, ਚਾਂਦੀ ਲੈ ਜਾ ਰਹੇ, ਰੁਪਈਏ ਲੈ ਜਾ ਰਹੇ, ਮੂੰਹ 'ਚ ਕੈਸੇ ਦੇ ਦੂੰ, ਉਹ ਬੜੀ ਬਦਨਾਮੀ ਹੋ ਗਈ। ਨਹੀਂ ਅੱਛਾ, ਜੇ ਹੁਣ ਫਿਰ ਕਿਸੇ ਨੇ ਤੁਹਾਡੀ ਮੁੱਛ ਕੱਟਤੀ ਫਿਰ ਤੁਸੀਂ ਉਹਨੂੰ ਗੁੱਸਾ ਕਰੋਗੇ? ਨਹੀਂ, ਮੈਂ ਜਾਣਾ ਹੀ ਛੱਡਦਾ ਜੀ। ਨਹੀਂ ਨਹੀਂ, ਉਹਨਾਂ ਨੇ ਤਾਂ ਚਲੋ ਸਾਲੀਆਰੀ ਤਾਂ ਕੀਤਾ, ਜੇ ਹੋਰ ਕਿਸੇ ਨੇ ਮਜ਼ਾਕ ਮਜ਼ਾਕ 'ਚ ਤੁਹਾਡੀ ਮੁੱਛਾਂ? ਨਹੀਂ, ਫਿਰ ਬਰਦਾਸ਼ਤ ਨਹੀਂ ਹੋ ਜਾਂਦਾ। ਨਹੀਂ ਬਰਦਾਸ਼ਤ ਹੁੰਦਾ? ਨਹੀਂ ਹੁੰਦਾ, ਮਤਲਬ ਸਭ ਕੁਝ ਬਰਦਾਸ਼ਤ ਹੈ ਮੁੱਛਾਂ ਨੂੰ? ਮੁੱਛਾਂ ਦਾ ਰਵਾਜ਼ ਆਪਣਾ ਰਿਵਾਜ਼ ਹੈ ਮੁੱਛਾਂ ਦਾ ਜੀ। ਮਤਲਬ ਕੁੰਦਨ ਜੀ ਨਾਲ ਪੰਗਾ ਨਾ ਲੈ ਲਿਓ ਕਿਤੇ ਤੁਸੀਂ ਇਹਨਾਂ ਦੀ ਮੁੱਛਾਂ ਦੇ ਨਾਲ, ਸੋ ਤੁਹਾਨੂੰ ਵੀ ਪਤਾ ਨਹੀਂ ਕੀ ਕਰਨਗੇ, ਕੀ ਕਰੋਗੇ ਜੇ ਕਿਸੇ ਨੇ ਪੰਗਾ ਲਿਆ ਤੁਹਾਡੀ ਮੁੱਛਾਂ ਨਾਲ? ਉਹ ਮੁੱਛਾਂ ਕੜਾ ਲੜਾਈ ਦਾ ਮੈਨੂੰ ਗੁੱਸਾ ਬਹੁਤ ਆਉਂਦਾ, ਮੈਨੂੰ ਗੁੱਸਾ ਬਹੁਤ ਆਉਂਦਾ। ਹਾਂਜੀ, ਅੱਛਾ ਫਿਰ ਤੁਸੀਂ ਲੜ ਪਾਓਗੇ? ਹਾਂਜੀ, ਕਈ ਜਗ੍ਹਾ ਮੈਂ ਘੁੰਮ ਫਿਰਿਆ, ਅੰਮ੍ਰਿਤਸਰ ਗਿਆ, ਮੱਥਾ ਟੇਕ ਕੇ ਆਇਆ, ਲੱਖ ਦੁਨੀਆ ਨੇ ਫੋਟੋ ਖਿਚਾਈ ਮੇਰਿਆ, ਦਰਬਾਰ ਅੰਮ੍ਰਿਤਸਰ ਦਰਬਾਰ ਸਾਹਿਬ, ਸੇਵਾਦਾਰ ਨੇ ਵੀ ਫੋਟੋ ਖਿਚਾਈ, ਬੋਲੇ ਭਾਈ ਮੁੱਛਾਂ ਨੇ ਤੁਸੀਂ ਕਿੱਥੋਂ ਆਏ ਹੋ? ਮੈਂ ਸਾਹਿਬ ਲੁਧਿਆਣੇ ਆਇਆ, ਅੱਜ ਤੁਹਾਨੂੂੰ ਦਰਸ਼ਨ ਕਰਾ ਦਈਏ। ਅੱਛਾ, ਉਹ ਦਰਸ਼ਨ ਕਰਾਏ ਬੜੇ ਖੁੱਲੇ, ਮਤਲਬ ਤੁਹਾਨੂੰ VIP ਟ੍ਰੀਟਮੈਂਟ ਮਿਲਣ ਲੱਗ ਗਿਆ ਮੁੱਛਾਂ ਕਰਕੇ? ਹਾਂਜੀ ਹਾਂਜੀ, ਇੱਕ ਵਾਰੀ ਜਲੰਧਰ ਸ਼ਹਿਰ ਦੀ ਖਬਰ ਸੁਣੀ ਹੋਏਗੀ, ਜਲੰਧਰ ਸ਼ਹਿਰ ਗਿਆ ਸੀ ਮੈਂ, ਬੱਸ ਸਟੈਂਡ ਤੋਂ ਬਾਹਰ ਨਿਕਲਿਆ, SHO ਗੱਡੀ ਖੜੀ ਸੀ, ਮੈਂ ਚਲੋ SHO ਸਲਾਮੀ ਦੇ ਦਈਏ, ਇਹ ਐਸੇ ਹੀ ਮੈਂ ਸਲਾਮੀ ਜੀ ਮੈਡਮ ਜੈ ਹਿੰਦ, ਸਲਾਮੀ ਤੋਂ ਕਬੂਲ ਕਰ ਲਿੱਤੀ ਸੀ, ਇਹ SHO ਨੂੰ ਕਿਹਾ, SHO ਨੂੰ ਕਿਹਾ ਮੈਡਮ ਜੀ ਭਾਈ ਦੀ ਮੁੱਛਾ ਦੇਖੋ, SHO ਨਕਲੀ ਦਾ ਰੱਖੀ ਹੈ, ਇਹ ਐਸੇ ਮੈਡਮ ਜੀ ਅਸਲੀ ਹੈ, ਬੋਲੇ ਸਰਤ ਲਾ ਲਾ 1000 ਰੁਪਏ ਦੀ, ਉਹਨੇ ਸਰਤ ਲਾ ਦਿੱਤੀ ਆ, ਉਹਨੇ ਜੱਗ ਲਿੱਤਾ ਪਾਣੀ ਜਾਂ ਭਰਿਆ, ਜੱਗ ਮੇਰੇ ਮੂੰਹ 'ਤੇ ਡੋਲਿਆ, ਮੈਂ ਕਿਹਾ ਮੈਡਮ ਜੀ ਆ ਕੀ ਕਰਦਾ, ਮੈਂ ਤੇਰੀ ਮੁੱਛਾਂ ਦੇ ਦਾ ਅਸਲੀ ਆ ਨਕਲੀ ਆ, ਮੁੱਛਾਂ ਥਿੱਲੀ ਹੋ ਗਈ, ਥੱਲੇ ਹੋ ਗਈ ਮੁੱਛਾਂ, ਉਹਨੇ 1000 ਰੁਪਇਆ ਕੱਢ ਲਿਆ, ਬੜੇ ਜੁਰਮਾਨਾ ਪਾਤਾ ਸੀ ਚਲਾਨ ਦਾ, ਅਸੀਂ ਦੁਨੀਆ ਚਲਾਨ ਕਰਦੇ, ਤੂੰ ਸਾਡਾ ਹੀ ਚਲਾਨ ਕਰਤਾ, SHO ਨੇ 1000 ਰੁਪਇਆ ਦਿੱਤਾ। ਹਾਂਜੀ, ਅੱਛਾ ਫਿਰ ਜੇ ਮੀਂਹ ਆ ਜਾਂਦਾ ਫਿਰ ਤਾਂ ਖਰਾਬ ਹੁੰਦੀਆਂ ਹੋਣੀਆਂ, ਮੀਂਹ ਨਾਲ ਢਿੱਲੀ ਹੋ ਜਾਂਦੀ ਹੈ, ਢਿੱਲੀ ਹੋ ਜਾਂਦੀ ਹੈ। ਹਾਂਜੀ ਹਾਂਜੀ, ਮੀਂਹ ਵੇਲੇ ਤੁਸੀਂ ਕਰਦੇ ਕੀ ਹੋ ਇਹਨਾਂ ਨੂੰ? ਮੀਂਹ ਨਾਲ ਫਿਰ ਮੁੱਛਾਂ ਫਿੱਟੀ ਨਹੀਂ ਹੋ ਜਾਂਦੀ, ਨਹੀਂ ਕੰਨ 'ਚ ਲਪੇਟ ਜਾਂਦੇ ਆ। ਅੱਛਾ, ਤੇ ਤੁਸੀਂ ਜੇ ਕੰਨ 'ਤੇ ਲਪੇਟਦੇ ਹੋ ਕੋਈ ਤੁਹਾਨੂੰ ਕਹਿੰਦਾ ਨਹੀਂ ਤੁਹਾਡੀ ਕੰਨਾਂ 'ਤੇ ਵਾਲ ਤਾਂ ਨਹੀਂ ਹੈਗੇ ਕਿਤੇ? ਨਹੀਂ, ਕਈ ਬੰਦੇ ਕਹਿਣ ਵਾਲੇ ਬਹੁਤ ਕੁਛ ਕਹਿ ਜਾਂਦੇ ਆ ਮੁੱਛਾਂ ਨੂੰ ਦੇਖਣ ਵਾਸਤੇ, ਕਿਤੇ ਚਲਾਈਏ ਬੱਸ ਸਟੈਂਡ ਰੇਲਵੇ ਸਟੇਸ਼ਨ ਕਿਤੇ ਜਾਈਏ ਉੱਥੇ ਬੰਦੇ ਘਿਰਦੇ ਬਹੁਤ ਹੈ ਫੋਟੋ ਖਿੱਚਣ ਵਾਲੇ, ਉਹ ਵਾਹ ਭਾਈ ਤੂੰ ਕਿੱਥੋਂ ਆ ਰਿਹਾ, ਮੈਂ ਕਹਿੰਦਾ ਲੁਧਿਆਣੇ ਦੇ ਆ, ਮੈਂ ਲਾ ਪੰਜਾਬ ਤੁਹਾਡੇ ਫੋਟੋ ਖਿਚਾਈ, ਮੈਂ ਆਖਿਆ ਚੱਲ ਹੋ ਜੀ। ਕਈ ਜਗ੍ਹਾ ਘੁੰਮ ਫਿਰਿਆ ਪਿਆ, 4-5 ਸਾਲ ਹੋਏ, ਦਿਲੀਪ ਕੁਮਾਰ ਮਿਲਿਆ ਸੀ, ਕੀ ਨਾਮ ਇਹਦਾ, ਪ੍ਰਕਾਸ਼ ਸਿੰਘ ਬਾਦਲ, ਸੁਖਵੀਰ ਸਿੰਘ ਬਾਦਲ ਵੀ ਆਇਆ ਸੀ ਬੱਸ ਸਟੈਂਡ 'ਤੇ, ਮੈਂ ਜਾਂਦਾ ਹੀ ਕਦਮ ਰੁਕੇ ਗਈ ਗੱਡੀ, ਉਹ ਭਾਈ ਮੁੱਛਾਂ ਵਾਲੇ ਭਾਈ ਕਿੱਥੋਂ ਆਏ ਹੋ? ਮੈਂ ਸਾਜ ਮਹਿਲ ਲੁਧਿਆਣੇ ਆਇਆ, ਮੈਂ ਕਿਹਾ ਮਦਨ ਲਾਲ ਆਪਣਾ ਮੁੱਲਾ ਪ੍ਰਧਾਨ, ਉਹ ਆਪਣਾ ਖਾਸ ਬੰਦਾ, ਆਪਣੇ ਗੱਲਬਾਤ ਹੈ,
ਮੈਂ ਹਾਂਜੀ ਮੈਂ ਉਹਦੇ ਮੁੱਲੇ ਕੋਲ ਜਾਂਦਾ ਮੈਂ। ਅੱਛਾ ਹਾਂਜੀ। ਅੱਛਾ ਮਤਲਬ ਬੜੀਆਂ ਤਾਰੀਫਾਂ ਮਿਲੀਆਂ ਨੇ ਇਸ ਮੁੱਛਾਂ ਕਰਕੇ, ਸੋ ਕੀ ਲੱਗਦਾ ਲੋਕ ਰੱਖਣਗੇ ਹੁਣ ਇੱਦਾਂ ਦੀਆਂ ਮੁੱਛਾਂ ਤੁਹਾਨੂੰ ਦੇਖ ਕੇ? ਉਹ ਸ਼ੌਂਕ ਰੱਖਣਾ ਬੜਾ ਪਿਆਰ ਨਾਲ ਰੱਖਣਾ ਪੜਦਾ ਜੀ, ਇਹਦੀ ਹਿੰਮਤ ਬੜੀ ਹੈ, ਤਾਕਤ ਨਾਲ ਪਾਲਣਾ ਪੜਦਾ ਇਹਨੂੰ ਬੜੀ ਪਿਆਰ ਨਾਲ। ਇੱਦਾਂ ਇੱਦਾਂ ਰੱਖਣ 'ਚ ਇੱਦਾਂ ਇੱਕਦਮ ਨਹੀਂ ਆਉਂਦਾ, ਔਰ ਇਹਨੂੰ 12-13 ਸਾਲ ਹੋ ਗਏ ਦੇ ਲਓ, ਦੋਨੋਂ ਸਵਾ 1.5 ਫੁੱਟ ਲਾ ਲਓ, 3 ਫੁੱਟ ਹੈ ਲੰਬਾਈ, ਦੋਨੋਂ 3 ਫੁੱਟ ਹੈ ਨਾਲ, ਇੱਦਾਂ ਖੜ੍ਹੀ ਰਹੇਗੀ। ਮਿਹਨਤ ਹੀ ਬੜੀ ਹੈ, ਮਿਹਨਤ ਬੜੀ, ਮਿਹਨਤ ਬਹੁਤ ਹੈ, ਸਵੇਰੇ ਉੱਠਣ 'ਚ ਬੜਾ ਟਾਈਮ ਲੱਗਦਾ ਜੀ, ਥੋੜ੍ਹਾ ਲੇਟ ਵੀ ਹੋਜਾਵਾਂ, ਅੱਧੀ ਫਿੱਟ ਕਰਾਂ, ਅੱਧੀ ਆ ਕੇ ਇੱਥੇ ਫਿੱਟ ਕਰ ਲਵਾਂਗਾ ਜੀ। ਹਾਂਜੀ ਹਾਂਜੀ, ਕਈ ਜਗ੍ਹਾ ਘੁੰਮੇ ਫਿਰੇ ਸੀ, ਕਈ ਉਹ ਇੱਕ ਹੋਰ ਸੀ, ਕੀ ਨਾਮ ਇਹਦਾ, ਇਹ ਦੁਨੀਆ ਵੱਲੋਂ ਚਾਏ ਵਾਲਾ ਨਾ ਸਮਝੋ, ਪੀਤਾ ਨਹੀਂ ਹੂੰ ਪਲਾਈ ਗਈ ਹੈ, ਉਹ ਸ਼ਰਾਬੀ ਵਾਲਾ ਗਾਣਾ ਸੀ, ਇਹ ਦੁਨੀਆ ਵੱਲੋਂ ਸ਼ਰਾਬੀ ਨਾ ਸਮਝੋ, ਪੀਤਾ ਨਹੀਂ ਹੂੰ ਪਲਾਈ ਗਈ ਹੈ, ਉਹ ਹਿਸਾਬ ਹੈ। ਕੈਮਰਾਮੈਨ ਵਿਪਨ ਬਸੀ ਦੇ ਨਾਲ।